ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਦਰਸ਼ਨ ਸਿੰਘ ਹੈ। ਮੇਰਾ ਪਿੰਡ ਉਪਲੀ, ਜ਼ਿਲ੍ਹਾ ਸੰਗਰੂਰ ਦੇ ਮੈਂ ਰਹਿਣ ਵਾਲਾ ਹਾਂ। ਪਿੰਡ ਦਾ ਸਰਪੰਚ ਹਾਂ। ਮੇਰਾ ਵੇਟ 5-6 ਸਾਲਾਂ ਤੋਂ ਮਤਲਬ ਕਾਫੀ ਵੱਧ ਰਿਹਾ ਸੀਗਾ। ਮੇਰੇ ਗੋਡਿਆਂ ਦੀ ਪ੍ਰੋਬਲਮ ਹੱਦ ਤੋਂ ਵੱਧ ਹੋ ਗਈ ਸੀਗੀ, ਵੀ ਮਤਲਬ ਖੜ੍ਹਨ ਵਾਲਾ ਕੰਮ ਹੋਇਆ ਪਿਆ ਸੀਗਾ। ਮੈਂ ਪਹਿਲਾਂ ਬਹੁਤ ਰਾਇਆਂ ਲਈਆਂ ਡਾਕਟਰਾਂ ਦੀਆਂ, ਕਿਤੇ ਹੰਸਾਰ ਦੀ ਗੱਲ ਕਰਿਆ ਕਰੇ ਕੋਈ, ਕੋਈ ਲੁਧਿਆਣੇ ਦੀ ਗੱਲ ਕਰੇ, ਕੋਈ ਕਿਤੇ ਦੀ ਕਰੇ। ਫਿਰ ਸਾਡਾ ਇੱਕ ਮਿੱਤਰ ਸੀ, ਉਹਨੇ ਮੈਨੂੰ ਹਰਬਲ ਦੇ ਪ੍ਰੋਡਕਟ ਨਾਲ ਜੋੜਤਾ। ਹਰਬਲ ਦਾ ਪ੍ਰੋਡਕਟ ਮੈਂ ਘੱਟੋ ਘੱਟ 2-2.5 ਲੱਖ ਰੁਪਏ ਦਾ ਖਾਧਾ, ਕੋਈ ਮੈਨੂੰ ਫਰਕ ਨਾ ਪਿਆ। ਜਦੋਂ ਉਹ ਛੱਡਿਆ ਮੈਂ, ਮੇਰਾ ਵੇਟ ਦੁੱਗਣੀ ਤੇਜ਼ੀ ਨਾਲ ਵੱਧ ਗਿਆ। ਉਸ ਤੋਂ ਬਾਅਦ ਮੈਨੂੰ ਡਾਕਟਰ ਅਮਿਤ ਸ਼ੂਜ ਜੀ ਨੂੰ ਮੈਂ ਲੁਧਿਆਣੇ ਮਿਲਿਆ। ਇਹਨਾਂ ਨਾਲ ਕੌਂਸਲਿੰਗ ਕੀਤੀ, ਇਹਨਾਂ ਨੇ ਬੜਾ ਪਿਆਰ ਨਾਲ ਮੈਨੂੰ ਸਮਝਾਇਆ। ਮੇਰਾ ਸਾਹ ਮਤਲਬ ਇੰਨਾ ਚੜ੍ਹਦਾ ਸੀਗਾ, ਜਦੋਂ ਮੈਂ ਤੁਰ ਕੇ ਡਾਕਟਰ ਸਾਹਿਬ ਕੋਲ ਗਿਆ ਤਾਂ ਮਤਲਬ ਬਹੁਤ ਤਕਲੀਫ ਸੀ ਮੈਨੂੰ ਸਾਹ ਲੈਣ ਦੀ। ਅਤੇ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਡਾ ਦਮ ਬੜਾ ਚੜ੍ਹਦਾ, ਵਧੀਆ ਸੀ। 1/2 ਘੰਟਾ ਡਾਕਟਰ ਸਾਹਿਬ ਨੇ ਮੇਰੇ ਨਾਲ ਕੌਂਸਲਿੰਗ ਕੀਤੀ। ਉਸ ਤੋਂ ਬਾਅਦ ਮੈਨੂੰ ਡਾਕਟਰ ਸਾਹਿਬ ਨੇ ਹਫ਼ਤੇ ਕੁ ਬਾਅਦ ਮੋਗੇ ਬੁਲਾਇਆ, ਇਹਨਾਂ ਦਾ ਮੇਨ ਸੈਂਟਰ ਮੋਗਿਆ ਡਾਕਟਰ ਅਮਿਤ ਸ਼ੂਜ ਜੀ ਦਾ। ਫਿਰ ਇੱਥੇ ਮੇਰੇ ਨਾਲ ਕੌਂਸਲਿੰਗ ਕੀਤੀ, ਮੇਰੇ ਟੈਸਟ ਵਗੈਰਾ ਲਏ। BP ਦੀ ਮੈਨੂੰ ਪ੍ਰੋਬਲਮ ਸੀਗੀ, ਗੋਲੀ ਲੱਗੀ ਹੋਈ ਸੀ BP ਦੀ, ਅਤੇ ਜ਼ਿਆਦਾ ਦਰਦ ਮੈਨੂੰ ਗੋਡਿਆਂ ਦੀ ਸੀਗੀ। ਫਿਰ ਇੱਥੇ ਕੌਂਸਲਿੰਗ ਕਰਕੇ ਡਾਕਟਰ ਸਾਹਿਬ ਨਾਲ ਜਦੋਂ ਸਾਰੀ ਗੱਲਬਾਤ ਹੋਈ, ਡਾਕਟਰ ਸਾਹਿਬ ਦਾ ਮੈਨੂੰ ਬਿਹੇਵ ਬਹੁਤ ਵਧੀਆ ਲੱਗਿਆ, ਵੀ ਮਤਲਬ ਵਾਕਈ ਮੈਂ ਸਹੀ ਜਗ੍ਹਾ 'ਤੇ ਪਹੁੰਚ ਗਿਆ। ਫਿਰ ਡਾਕਟਰ ਸਾਹਿਬ ਨੇ ਮੈਨੂੰ ਡੇਟ ਦਿੱਤੀ ਓਪਰੇਸ਼ਨ ਦੀ। 13 ਦਸੰਬਰ ਨੂੰ ਮੇਰਾ ਓਪਰੇਸ਼ਨ ਹੋਇਆ। ਮੇਰਾ ਵੇਟ 1 ਕੁਇੰਟਲ 34 ਕਿਲੋ ਸੀ ਉੱਦਣ। ਅੱਜ ਮੈਂ 15 ਦਿਨਾਂ ਬਾਅਦ ਡਾਕਟਰ ਸਾਹਿਬ ਦੇ ਕਲੀਨਿਕ ਫਿਰ ਆਇਆ, ਟਾਂਕੇ ਕਟਵਾਉਣੇ ਸੀ, ਵੇਟ ਤੋਲਿਆ, ਵੇਟ ਮੇਰਾ 13 ਕਿਲੋ ਘੱਟ ਗਿਆ। ਇੱਥੇ ਦੇ ਸਟਾਫ ਨੇ ਮੈਨੂੰ ਮਤਲਬ ਡੇਲੀ ਫੋਨ ਕਰਨਾ ਜਦੋਂ ਓਪਰੇਸ਼ਨ ਤੋਂ ਬਾਅਦ, ਵੀ ਤੁਸੀਂ ਕੀ ਲੈ ਰਹੇ ਹੋ, ਕਿਵੇਂ ਲੈ ਰਹੇ ਹੋ। ਸਾਰਾ ਮੈਨੂੰ ਜੋ ਵੀ ਪ੍ਰੋਟੀਨ ਜਾਂ ਗੋਲੀ ਦਵਾਈ ਜੋ ਦਿੱਤੀ ਸੀ, ਜੋ ਮੇਰੇ ਖਾਣੇ ਦੀ, ਅਤੇ ਮਤਲਬ ਉਹ ਡੇਲੀ ਦੀ ਡੇਲੀ ਅਪਡੇਟ ਮੇਰੇ ਤੋਂ ਲੈਂਦੇ ਸੀਗੇ। ਮੈਂ ਜਦੋਂ ਜਾ ਕੇ ਮੈਨੂੰ ਡਾਕਟਰ ਸਾਹਿਬ ਦੇ ਇੱਥੋਂ ਮੈਮ ਨੇ ਗਏ, ਉਹਨਾਂ ਨੇ ਕਿਹਾ ਵੀ ਤੁਸੀਂ BP ਚੈੱਕ ਕਰਾਇਆ ਕਰੋ ਡੇਲੀ। ਮੈਂ BP ਚੈੱਕ ਕਰਾਇਆ ਤਾਂ ਮੇਰਾ BP ਨੋਰਮਲ ਸੀ, 110/70 ਰਹਿਣ ਲੱਗ ਗਿਆ। ਹੁਣ ਮੈਂ ਸੈਰ ਵੀ ਮਤਲਬ 1/2 ਘੰਟਾ ਕਰਦਾ, ਕੋਈ ਪ੍ਰੋਬਲਮ ਨਹੀਂ ਮੈਨੂੰ। ਬਹੁਤ ਮਤਲਬ ਮੇਰੀ ਪ੍ਰੋਬਲਮ ਸੀ ਜਿਹੜੀ ਸੋਲਵ ਹੋ ਗਈ। ਮੈਂ ਗੋਡਿਆਂ ਤੋਂ ਬੜਾ ਪਰੇਸ਼ਾਨ ਸੀ, ਮੈਂ ਜੇ ਕਿਤੇ ਕਿਸੇ ਫੰਕਸ਼ਨ 'ਚ ਬਹਿ ਜਾਂਦਾ, ਉੱਠਣ ਦੀ ਮਤਲਬ ਮੈਨੂੰ ਬੜੀ ਤਕਲੀਫ ਆਉਂਦੀ, ਬੜਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਮੈਂ ਬੜਾ ਤੰਗ ਹਾਂ। ਮੈਂ ਦੁਬਾਰਾ ਫਿਰ ਮੇਰੇ ਵੀਰਾਂ ਨੂੰ ਕਹਿ ਰਿਹਾ ਵੀ ਤੁਸੀਂ ਕਿਸੇ ਨੂੰ ਵੀ ਕੋਈ ਸ਼ੂਗਰ ਦੀ ਜਾਂ BP ਦੀ ਜਾਂ ਕੋਈ ਹੋਰ ਵੀ ਪ੍ਰੋਬਲਮ ਹੈ, ਗੋਡਿਆਂ ਦੀ ਹੈ, ਹਾਰਟ ਦੀ ਹੈ, ਮੋਟਾਪੇ ਦੀ ਹੈ, ਤੁਸੀਂ ਇੱਕ ਵਾਰੀ ਮੇਰੇ ਕਹੇ ਤੋਂ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਡਾਕਟਰ ਅਮਿਤ ਸ਼ੂਜ ਦੀ ਰਾਏ ਜ਼ਰੂਰ ਲੈ ਲਓ, ਤੁਸੀਂ ਆ ਕੇ ਮਿਲੋ, ਤੁਹਾਨੂੰ ਆਪਦੇ ਆਪ ਹੀ ਪਤਾ ਚੱਲ ਜਾਣਾ ਵੀ ਡਾਕਟਰ ਸਾਹਿਬ ਕੀ ਨੇ। ਧੰਨਵਾਦ ਜੀ।